ਟੈਸਟ ਰਹਿਣਾ ਪੈਂਦਾ, ਸਾਨੂੰ ਉਹਦੇ ਐਕਸੈਪਟੈਂਸ ਵਿੱਚ ਆਉਣਾ ਪੈਂਦਾ, ਉਹਦੇ ਨਾਲ ਜੁੜਨਾ ਪੈਂਦਾ, ਬੇਨਤੀਆਂ ਕਰਨੀਆਂ ਪੈਂਦੀਆਂ, ਅਰਦਾਸਾਂ ਕਰਨੀਆਂ ਪੈਂਦੀਆਂ ਆ, ਸਿਮਰਨ ਕਰਨਾ ਪੈਂਦਾ ਆ, ਹੈ ਨਾ। ਸਿਮਰਨ ਦਾ ਜਿਹੜਾ ਆ ਬਹੁਤ ਜ਼ਿਆਦਾ ਸਿਧਾਂਤ ਜਿੱਦਾਂ ਦੱਸਿਆ ਗਿਆ ਆ, ਹਰੇਕ ਧਰਮ ਵਿੱਚ ਤੁਸੀਂ ਦੇਖ ਲਓ, ਹੈ ਨਾ। ਉਹਦੇ ਵਿੱਚ ਜਿੱਦਾਂ ਇਸਲਾਮ ਵਿੱਚ ਕੁਨ ਕਿਹਾ ਜਾਂਦਾ ਆ, ਕ੍ਰਿਸਚਨ ਵਿੱਚ ਆਮਿਨ ਕਿਹਾ ਜਾਂਦਾ ਆ, ਹਿੰਦੂਇਜ਼ਮ ਵਿੱਚ ਓਮ, ਐਂਡ ਸਿੱਖ ਇਸਮ ਵਿੱਚ ਵਾਹਿਗੁਰੂ, ਜਿੱਦਾਂ ਅਲੱਗ ਅਲੱਗ ਸਾਰਿਆਂ ਦੇ, ਹੈ ਨਾ, ਕਿਹਾ ਆ। ਪਰ ਐਟ ਦੀ ਐਂਡ ਆਫ ਦ ਡੇ ਤੁਸੀਂ ਇਹ ਚੇਤਾ ਰੱਖਣਾ ਆ ਕਿ ਹੈਗੇ ਸਾਰੇ ਇੱਕੋ ਹੀ ਆ, ਕਿਉਂਕਿ ਸਾਨੂੰ ਇਹ ਵੀ ਕਿਹਾ ਗਿਆ ਕਿ ਓਂਕਾਰ ਜਿਹੜਾ ਇੱਕੋ ਹੀ ਆ, ਹੈ ਨਾ, ਇੱਕ ਓਂਕਾਰ, ਇਹਦਾ ਮਤਲਬ ਆ। ਤਾਂ ਜੇ ਇਹ ਸਾਨੂੰ ਕਿਹਾ ਗਿਆ ਆ ਤਾਂ ਉਸ ਚੀਜ਼ ਨੂੰ ਵੀ ਦਿਮਾਗ ਵਿੱਚ ਰੱਖਣਾ ਹੈ ਕਿ ਕੋਈ ਵੀ ਆਪਣੇ ਹਿਸਾਬ ਨਾਲ ਮਾੜਾ ਨਹੀਂ ਹੈਗਾ ਉਹ। ਜੇ ਇਹ ਸਾਨੂੰ ਕਿਹਾ ਗਿਆ ਆ ਤਾਂ ਉਸ ਚੀਜ਼ ਨੂੰ ਵੀ ਦਿਮਾਗ ਵਿੱਚ ਰੱਖਣਾ ਹੈ ਕਿ ਕੋਈ ਵੀ ਆਪਣੇ ਹਿਸਾਬ ਨਾਲ ਮਾੜਾ ਨਹੀਂ ਹੈਗਾ ਉਹ। ਆਪਾਂ ਪੰਜਾਬੀ ਵਿੱਚ ਉਹ ਕਿੱਦਾਂ ਅਸੀਂ ਆਪਣੇ ਆਲੇ ਦੁਆਲੇ ਕ੍ਰੀਏਟ ਕਰਦੇ ਹਾਂ ਸਿਮਰਨ ਦੇ ਨਾਲ, ਜਿਹੜੇ ਜੀਵ ਆ ਸਾਡੀ ਮੁੱਖ ਆ, ਇੰਨੇ ਕਿੱਦਾਂ ਕ੍ਰੀਏਟ ਕਰਨਾ ਔਰਾ, ਸਾਨੂੰ ਇਹਦਾ ਪਤਾ ਲੱਗਣਾ ਚਾਹੀਦਾ। ਸਾਡੀ ਜਿਹੜੀ ਵਾਈਬ੍ਰੇਸ਼ਨ ਆ ਉਹ ਸਾਨੂੰ ਪਤਾ ਹੋਣੀ ਚਾਹੀਦੀ, ਅਸੀਂ ਕਿੱਦਾਂ ਆਪਣੇ ਆਲੇ ਦੁਆਲੇ ਕ੍ਰੀਏਟ ਕਰਦੇ ਹਾਂ। ਪੋਜ਼ਿਟਿਵਿਟੀ ਬਹੁਤ ਜ਼ਿਆਦਾ ਜ਼ਰੂਰੀ ਆ, ਪੋਜ਼ਿਟਿਵ ਰਹਿਣ ਦੀ ਲੋੜ ਪੈਂਦੀ ਸਾਨੂੰ ਬਹੁਤ ਜ਼ਿਆਦਾ। ਕਦੇ ਵੀ ਕਿਸੇ ਲਈ ਨੈਗੇਟਿਵ ਨਹੀਂ ਸੋਚਣਾ, ਆਪਣੇ ਲਈ ਵੀ ਬਲਕਿ ਨੈਗੇਟਿਵ ਨਹੀਂ ਸੋਚਣਾ, ਕਿਉਂਕਿ ਜਿਹੜਾ ਸਾਡਾ ਮਾਇੰਡ ਆ ਉਹ ਹਮੇਸ਼ਾ ਸਾਨੂੰ ਅਲੱਗ ਅਲੱਗ ਤਰੀਕੇ ਨਾਲ ਉਹ ਸਟੈਪ ਬਾਏ ਸਟੈਪ ਸਾਨੂੰ ਚਲਾਉਂਦਾ ਆ। ਜਿੱਦਾਂ ਜਿੱਦਾਂ ਸਾਡੇ ਸਟੈਪ ਚੱਲਦੇ ਰਹਿੰਦੇ ਆ ਉੱਦਾਂ ਉੱਦਾਂ ਜਿਹੜਾ ਸਾਡਾ ਰਾਹ ਵੀ ਜਿਹੜਾ ਬਦਲਦਾ ਰਹਿੰਦਾ, ਜਿੱਦਾਂ ਬੇਬੀ ਸਟੈਪ ਹੁੰਦੇ ਆ ਨਾ, ਜਿੱਦਾਂ ਜਿੱਦਾਂ ਅਸੀਂ ਵੱਧਦੇ ਹਾਂ ਹੌਲੀ ਹੌਲੀ, ਨਿਆਣਾ ਹੁੰਦਾ ਰਿੜਦਾ ਆ, ਫਿਰ ਹੌਲੀ ਹੌਲੀ ਤੁਰਦਾ ਡੋਲਦਾ ਆ, ਫਿਰ ਤੁਰਨਾ ਸ਼ੁਰੂ ਕਰ ਦਿੰਦਾ ਆ, ਇੱਦਾਂ ਇਹ ਸਟੈਪ ਆ ਸਾਡੇ। ਸੋ ਇਹਨਾਂ ਸਟੈਪਾਂ ਨੂੰ ਵੀ ਯਾਦ ਰੱਖਣਾ ਜਦੋਂ ਤੁਸੀਂ ਇਹਦੇ ਵਿੱਚ ਆਉਂਦੇ ਆ, ਇੱਦਾਂ ਨਹੀਂ ਹੈਗਾ ਤੁਸੀਂ ਇੱਕਦਮ ਸਾਰਾ ਕੁਛ ਇਕੱਠ ਹੋ ਗਿਆ, ਦੁੱਖ ਸੁੱਖ ਸਾਰਾ ਕੁਛ ਨਾਲ ਦੀ ਨਾਲ ਹੀ ਚੱਲਦਾ ਆ, ਹੈ ਨਾ। ਅਤੇ ਜੇ ਸਿਰਫ ਤੁਸੀਂ ਇਹੀ ਕਹੋਗੇ ਹੁਣ ਮੈਂ ਇਸ ਪਾਥ 'ਤੇ ਹਾਂ ਮੈਨੂੰ ਸਿਰਫ ਸੁੱਖ ਹੀ ਸੁੱਖ ਮਿਲੇ, ਇੱਦਾਂ ਵੀ ਨਹੀਂ ਹੋਣਾ। ਬਿਕੋਜ਼ ਅਸੀਂ ਇਸ ਲਾਈਫ ਵਿੱਚ ਜਦੋਂ ਆਉਂਦੇ ਹਾਂ ਨਾ, ਸਾਨੂੰ ਇਸ ਜਰਨੀ ਨੂੰ ਜੀਣਾ ਪੈਣਾ,